ਅੰਮ੍ਰਿਤਸਰ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਵੱਲੋਂ ਨਸ਼ਾ ਸਮਗਲਰਾਂ ਦੀ ਪ੍ਰਾਪਰਟੀ ਟੈਚ ਕਰਾਉਣ ਸੰਬੰਧੀ ਕੀ ਉਪਰਾਲੇ ਕੀਤੇ ਗਏ ਐਸ ਐਸ ਪੀ ਫਿਰੋਜ਼ਪੁਰ ਦੀਪਕ ਖਿਲੋਰੀ ਵੱਲੋਂ ਜਿਹੜੀ ਇੱਕ ਅੱਡ ਸਪੈਸ਼ਲਾਈਜ਼ਡ ਫਾਈਨੈਂਸ਼ੀਅਲ ਯੂਨਿਟ ਦਾ ਗਠਨ ਕੀਤਾ ਗਿਆ ਸੀ ਭਾਵ ਇਹ ਹੈ ਕਿ ਜਿਹੜਾ ਆਰਥਿਕ ਤਫਤੀਸ਼ ਯੂਨਿਟ ਸੀਗੀ ਉਹ ਯੂਨਿਟ ਨੂੰ ਅੱਜ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦ ਥਾਣਾ ਲੱਖੋ ਕੇ ਬਿਰਾਮ ਦਾ ਰਹਿਣ ਵਾਲਾ ਜਿਹੜਾ ਜਸ਼ਨ ਸੀਗਾ ਜਸ਼ਨਪ੍ਰੀਤ ਉਹਦੀ ਲਗਭਗ 40 ਲੱਖ ਦੀ ਜਿਹੜੀ ਸੰਪੱਤੀ ਹੈਗੀ ਉਹ ਅੱਜ ਫਰੀਜ਼ ਕੀਤੀ ਗਈ ਹੈ ਕੰਪਟੈਂਟ ਅਥਾਰਟੀ ਦਿੱਲੀ ਵੱਲੋਂ ਆਰਡਰ ਪ੍ਰਾਪਤ ਕਰਕੇ ਹੁਣ ਤੱਕ ਸਰ ਕਿੰਨੇ ਨਸ਼ਾ ਸਮਗਲਰਾਂ ਦੀ ਪ੍ਰਾਪਰਟੀ ਅਟੈਚ ਹੋ ਚੁੱਕੀ ਸਾਲ 2023 ਵਿੱਚ ਹੁਣ ਤੱਕ 30 ਕੇਸਿਸ ਵਿੱਚ ਹੁਣ ਤੱਕ 14 ਕਰੋੜ ਤੋਂ ਵੱਧ ਦੀ ਜਿਹੜੀ ਪ੍ਰੋਪਰਟੀ ਹੈ ਉਹ ਅਟੈਚ ਕੀਤੀ ਜਾ ਚੁੱਕੀ ਹੈ ਫਰੀਜ਼ ਕੀਤੀ ਜਾ ਚੁੱਕੀ ਹੈ ਤਾਂ ਆਹ ਜਿਹੜਾ ਜਸ਼ਨ ਸੀਗਾ ਇਸ 'ਤੇ 6.5 ਕਿਲੋ ਅਫੀਮ ਦਾ ਮੁਕੱਦਮਾ ਸੀ 12/22 ਥਾਣਾ ਲੱਖੋ ਕੇ ਬਿਰਾਮ ਵਿੱਚ ਅਤੇ ਅੱਗੇ ਵੀ ਫਿਰੋਜ਼ਪੁਰ ਪੁਲਿਸ ਵੱਲੋਂ ਇੱਦਾਂ ਹੀ ਜਿਹੜੀ ਨਸ਼ੇ ਦੇ ਖਿਲਾਫ ਜਿਹੜੀ ਫਾਈਟ ਅਗੇਂਸਟ ਡਰੱਗ ਹੈ ਉਸ ਵਿੱਚ ਇਹ ਕਾਰਵਾਈ ਕੀਤੀ ਜਾਊਗੀ ਧੰਨਵਾਦ ਜੀ ਸਰ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਵੱਲੋਂ ਨਸ਼ਾ ਸਮਗਲਰਾਂ ਦੀ ਪ੍ਰਾਪਰਟੀ ਟੈਚ ਕਰਾਉਣ ਸੰਬੰਧੀ ਕੀ ਉਪਰਾਲੇ ਕੀਤੇ ਗਏ ਐਸ ਐਸ ਪੀ ਫਿਰੋਜ਼ਪੁਰ ਦੀਪਕ ਖਿਲੋਰੀ ਵੱਲੋਂ ਜਿਹੜੀ ਇੱਕ ਅੱਡ ਸਪੈਸ਼ਲਾਈਜ਼ਡ ਫਾਈਨੈਂਸ਼ੀਅਲ ਯੂਨਿਟ ਦਾ ਗਠਨ ਕੀਤਾ ਗਿਆ ਸੀ ਭਾਵ ਇਹ ਹੈ ਕਿ ਜਿਹੜਾ ਆਰਥਿਕ ਤਫਤੀਸ਼ ਯੂਨਿਟ ਸੀਗੀ ਉਹ ਯੂਨਿਟ ਨੂੰ ਅੱਜ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦ ਥਾਣਾ ਲੱਖੋ ਕੇ ਬਿਰਾਮ ਦਾ ਰਹਿਣ ਵਾਲਾ ਜਿਹੜਾ ਜਸ਼ਨ ਸੀਗਾ ਜਸ਼ਨਪ੍ਰੀਤ ਉਹਦੀ ਲਗਭਗ 40 ਲੱਖ ਦੀ ਜਿਹੜੀ ਸੰਪੱਤੀ ਹੈਗੀ ਉਹ ਅੱਜ ਫਰੀਜ਼ ਕੀਤੀ ਗਈ ਹੈ ਕੰਪਟੈਂਟ ਅਥਾਰਟੀ ਦਿੱਲੀ ਵੱਲੋਂ ਆਰਡਰ ਪ੍ਰਾਪਤ ਕਰਕੇ ਹੁਣ ਤੱਕ ਸਰ ਕਿੰਨੇ ਨਸ਼ਾ ਸਮਗਲਰਾਂ ਦੀ ਪ੍ਰਾਪਰਟੀ ਅਟੈਚ ਹੋ ਚੁੱਕੀ ਸਾਲ 2023 ਵਿੱਚ ਹੁਣ ਤੱਕ 30 ਕੇਸਿਸ ਵਿੱਚ ਹੁਣ ਤੱਕ 14 ਕਰੋੜ ਤੋਂ ਵੱਧ ਦੀ ਜਿਹੜੀ ਪ੍ਰੋਪਰਟੀ ਹੈ ਉਹ ਅਟੈਚ ਕੀਤੀ ਜਾ ਚੁੱਕੀ ਹੈ ਫਰੀਜ਼ ਕੀਤੀ ਜਾ ਚੁੱਕੀ ਹੈ ਤਾਂ ਆਹ ਜਿਹੜਾ ਜਸ਼ਨ ਸੀਗਾ ਇਸ 'ਤੇ 6.5 ਕਿਲੋ ਅਫੀਮ ਦਾ ਮੁਕੱਦਮਾ ਸੀ 12/22 ਥਾਣਾ ਲੱਖੋ ਕੇ ਬਿਰਾਮ ਵਿੱਚ ਅਤੇ ਅੱਗੇ ਵੀ ਫਿਰੋਜ਼ਪੁਰ ਪੁਲਿਸ ਵੱਲੋਂ ਇੱਦਾਂ ਹੀ ਜਿਹੜੀ ਨਸ਼ੇ ਦੇ ਖਿਲਾਫ ਜਿਹੜੀ ਫਾਈਟ ਅਗੇਂਸਟ ਡਰੱਗ ਹੈ ਉਸ ਵਿੱਚ ਇਹ ਕਾਰਵਾਈ ਕੀਤੀ ਜਾਊਗੀ ਧੰਨਵਾਦ ਜੀ ਸਰ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਵੱਲੋਂ ਨਸ਼ਾ ਸਮਗਲਰਾਂ ਦੀ ਪ੍ਰਾਪਰਟੀ ਅਟੈਚ ਕਰਾਉਣ ਸੰਬੰਧੀ ਕੀ ਉਪਰਾਲੇ ਕੀਤੇ ਗਏ ਐਸ ਐਸ ਪੀ ਫਿਰੋਜ਼ਪੁਰ ਦੀਪਕ ਖਿਲੋਰੀ ਵੱਲੋਂ ਜਿਹੜੀ ਇੱਕ ਅੱਡ ਸਪੈਸ਼ਲਾਈਜ਼ਡ ਫਾਈਨੈਂਸ਼ੀਅਲ ਯੂਨਿਟ ਦਾ ਗਠਨ ਕੀਤਾ ਗਿਆ ਸੀ ਭਾਵ ਇਹ ਹੈ ਕਿ ਜਿਹੜਾ ਆਰਥਿਕ ਤਫਤੀਸ਼ ਯੂਨਿਟ ਸੀਗੀ ਉਹ ਯੂਨਿਟ ਨੂੰ ਅੱਜ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦ ਥਾਣਾ ਲੱਖੋ ਕੇ ਬਿਰਾਮ ਦਾ ਰਹਿਣ ਵਾਲਾ ਜਿਹੜਾ ਜਸ਼ਨ ਸੀਗਾ ਜਸ਼ਨਪ੍ਰੀਤ ਉਹਦੀ ਲਗਭਗ 40 ਲੱਖ ਦੀ ਜਿਹੜੀ ਸੰਪੱਤੀ ਹੈਗੀ ਉਹ ਅੱਜ ਫਰੀਜ਼ ਕੀਤੀ ਗਈ ਹੈ ਕੰਪਟੈਂਟ ਅਥਾਰਟੀ ਦਿੱਲੀ ਵੱਲੋਂ ਆਰਡਰ ਪ੍ਰਾਪਤ ਕਰਕੇ ਹੁਣ ਤੱਕ ਸਰ ਕਿੰਨੇ ਨਸ਼ਾ ਸਮਗਲਰਾਂ ਦੀ ਪ੍ਰਾਪਰਟੀ ਅਟੈਚ ਹੋ ਚੁੱਕੀ ਸਾਲ 2023 ਵਿੱਚ ਹੁਣ ਤੱਕ 30 ਕੇਸਿਸ ਵਿੱਚ ਹੁਣ ਤੱਕ 14 ਕਰੋੜ ਤੋਂ ਵੱਧ ਦੀ ਜਿਹੜੀ ਪ੍ਰੋਪਰਟੀ ਹੈ ਉਹ ਅਟੈਚ ਕੀਤੀ ਜਾ ਚੁੱਕੀ ਹੈ ਫਰੀਜ਼ ਕੀਤੀ ਜਾ ਚੁੱਕੀ ਹੈ ਤਾਂ ਆਹ ਜਿਹੜਾ ਜਸ਼ਨ ਸੀਗਾ ਇਸ 'ਤੇ 6.5 ਕਿਲੋ ਅਫੀਮ ਦਾ ਮੁਕੱਦਮਾ ਸੀ 12/22 ਥਾਣਾ ਲੱਖੋ ਕੇ ਬਿਰਾਮ ਵਿੱਚ ਅਤੇ ਅੱਗੇ ਵੀ ਫਿਰੋਜ਼ਪੁਰ ਪੁਲਿਸ ਵੱਲੋਂ ਇੱਦਾਂ ਹੀ ਜਿਹੜੀ ਨਸ਼ੇ ਦੇ ਖਿਲਾਫ ਜਿਹੜੀ ਫਾਈਟ ਅਗੇਂਸਟ ਡਰੱਗ ਹੈ ਉਸ ਵਿੱਚ ਇਹ ਕਾਰਵਾਈ ਕੀਤੀ ਜਾਊਗੀ ਧੰਨਵਾਦ ਜੀ